बठिंडा से अग्नि की आग आज बठिंडा पहुंचे। केंद्र सरकार द्वारा सेना में संविदा भर्ती के लिए शुरू की गई अग्निपथ योजना के संबंध में आज युवा भारत सभा बठिंडा की जिला समिति की सक्रिय योजना के तहत जवानों की भर्ती 4 साल के लिए की जाएगी। उसके बाद 25% को सेना में अन्य नौकरी दी जाएगी और 75% सेवानिवृत्त और स्थानांतरित हो जाएंगे। उन्होंने कहा कि ये कॉरपोरेटरों की सेवा में विश्व बैंक द्वारा लागू की जा रही उसी निजीकरण नीति का सिलसिला है, जिसके कारण रोजगार का भारी नुकसान हुआ है। लोगों को शिक्षा और स्वास्थ्य से वंचित किया गया है और सेवा के बजाय लाभ के व्यवसाय में भी नुकसान हुआ है। इस नीति ने देश के सार्वजनिक क्षेत्र के संस्थानों को खत्म करने में प्रमुख भूमिका निभाई है और अब इस नीति का झटका सेना तक भी पहुंच गया है। इस नीति के खिलाफ देश के विभिन्न हिस्सों में युवाओं द्वारा विरोध प्रदर्शन किया जा रहा है। सभी न्यायसंगत संगठित लोकतांत्रिक लोगों को विरोध करने वाले युवाओं का समर्थन करना चाहिए, लेकिन सरकार युवाओं की बात सुनने के बजाय विरोध करने वाले तबके पर पुलिस लाठियां बरसा रही है। बठिंडा से संवाददाता मास्टर खान की खास रिपोर्ट, केआरटी न्यूज नेटवर्क। मेरा नाम बलकरण सिंह है जी। असी नौजवान भारत सभा जथेबंदी तो है, तो अज असी नौजवान भारत सभा जथेबंदी वालों नौजवानों के खिलाफ जिहड़ी केंद्र की हुकूमत ने भारत दीयां तिन्ने सेनावां च ठेका भर्ती वास्ते स्कीम लियांदी अग्निपथ स्कीम, असी इहनूं अज जनी रद्द करन दी मंग करदे होए अज दा इह प्रदर्शन कर रहे हैं। असी अज डीसी साहब नूं मंग पत्र देणा ते उस तों बाद मार्च करना है, क्योंकि असी इह समझदे हां कि पिछले लंबे समें तो जो जनी बाकी खेत्रां दा मुल्क दी सरकार ने हाल कीता होया ते नौजवानों वास्ते रुजगार दे बूहे बंद कीते होए आ, नौजवानों वास्ते फौज है जिहड़ी ਉਹ ਵੱਡਾ ਸਰੋਤ ਬਣਿਆ ਹੋਇਆ ਪਿਛਲੇ ਦਿਨਾਂ 'ਚ ਰੁਜ਼ਗਾਰ ਦਾ, ਅਤੇ ਇਹੀ ਆਸ ਹੈ। ਅਤੇ ਨੌਜਵਾਨ ਬਹੁਤ ਜ਼ੋਰ ਨਾਲ ਇਸ ਗੱਲ ਦੀ ਤਿਆਰੀ 'ਚ ਲੱਗੇ ਹੋਏ ਸੀ, ਪਰ ਮੋਦੀ ਹਕੂਮਤ ਨੇ ਯਕਦਮ ਇਹ ਫੈਸਲਾ ਲਿਆ ਕੇ ਉਹਨਾਂ ਦੀਆਂ ਆਸਾਂ 'ਤੇ ਪਾਣੀ ਫੇਰਿਆ ਅਤੇ ਉਹਨਾਂ ਦੇ ਇੱਕੋ ਇੱਕ ਆਸ ਨੂੰ ਜਾਨੀ ਘੱਟੇ ਰੋਲਿਆ, ਪਾਣੀ ਫੇਰਿਆ ਉਹਦੇ 'ਤੇ। ਇਸੇ ਕਰਕੇ ਨੌਜਵਾਨਾਂ 'ਚ ਗੁੱਸਾ ਹੈ। ਅਸੀਂ ਮੋਦੀ ਹਕੂਮਤ ਤੋਂ ਅੱਜ ਦੇ ਪ੍ਰਦਰਸ਼ਨ ਰਾਹੀਂ ਇਹ ਮੰਗ ਕਰਦੇ ਹਾਂ ਵੀ ਫੌਰੀ ਤੌਰ 'ਤੇ ਇਹ ਮੰਗ ਜਿਹੜੀ ਹੈਗੀ ਆ ਅਗਨੀਪਥ ਸਕੀਮ ਆ ਇਹ ਰੱਦ ਕੀਤੀ ਜਾਵੇ ਅਤੇ ਫੌਜ 'ਚ ਜਾਨੀ ਰੈਗੂਲਰ ਭਰਤੀ ਸ਼ੁਰੂ ਕੀਤੀ ਜਾਵੇ। ਵਿੱਚ ਲਟਕਾਈ ਹੋਈ ਭਰਤੀ ਹੈ ਜਿਹੜੀ, ਉਹ ਭਰਤੀ ਸਿਰੇ ਲਾਈ ਜਾਵੇ, ਉਹਦਾ ਪੇਪਰ ਲਿਆ ਜਾਵੇ ਅਤੇ ਮੁੰਡਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ। ਜਿਹੜੇ ਸਰਕਾਰਾਂ ਅਤੇ ਜਿਹੜੇ ਤਿੰਨੇ ਮੁਖੀਆਂ ਨੇ ਕਿਹਾ ਹੈਗਾ, ਹਾਂਜੀ ਇਹ ਬਹੁਤ ਵਧੀਆ ਸਕੀਮ ਹੈ, ਹਜੇ ਹਜੇ ਸਮਝਾ ਰਹੇ ਹਾਂ ਕਿ ਸਮਝ ਨਹੀਂ ਆਏਗੀ। ਇਹ ਗੱਲ ਠੀਕ ਹੈ ਜੀ ਤੁਹਾਡੀ ਗੱਲ, ਪਰ ਅਸੀਂ ਇੱਕ ਹਵਾਲਾ ਦੇਣਾ ਚਾਹੁੰਦੇ ਹਾਂ ਇੱਥੇ ਕਿ ਜਦੋਂ ਮੁਲਕ ਦੇ ਅੰਦਰ ਖੇਤੀ ਕਾਨੂੰਨ ਆਏ ਹੈ ਉਦੋਂ ਵੀ ਮੀਡੀਆ ਵੀ ਜਿਹੜਾ ਵੱਡਾ ਉਹਨਾਂ ਦਾ ਉਹਨਾਂ ਪੱਖੀ ਸੀਗਾ, ਅਤੇ ਜਿਹੜੀ ਜਾਨੀ ਮੋਦੀ ਵਰਗੇ ਅਤੇ ਅਮਿਤ ਸ਼ਾਹ ਵਰਗੇ ਅਤੇ ਸਾਰੇ ਉਹਨਾਂ ਦੀ ਲੌਬੀ, ਆਫਿਸਰ ਲੌਬੀ ਅਤੇ ਬਿਊਰੋਕਰੇਸੀ ਇਸ ਗੱਲ 'ਤੇ ਜ਼ੋਰ ਰਾਹੀ ਸੀ ਵੀ ਖੇਤੀ ਕਾਨੂੰਨ ਤਾਂ ਬਹੁਤ ਵਧੀਆ ਨੇ, ਇਹਦੇ ਨਾਲ ਤਾਂ ਜਾਨੀ ਜਿਹੜੀ ਕਿਸਾਨਾਂ ਦੀ ਆਮਦਨ ਹੈ ਉਹ ਦੁੱਗਣੀ ਹੋ ਜਾਣੀ ਹੈ। ਉਹ ਜਦੋਂ ਵੀ ਕੋਈ ਚੀਜ਼ ਲੈ ਕੇ ਆਉਂਦੇ ਨੇ ਉਹ ਇਹੀ ਕਹਿ ਕੇ ਲਿਆਉਂਦੇ ਨੇ ਵੀ ਬਹੁਤ ਵਧੀਆ, ਉਹ ਤਾਂ GST ਵੀ ਬਹੁਤ ਵਧੀਆ ਕਹਿੰਦੇ ਸੀ, ਉਹ ਤਾਂ ਨੋਟਬੰਦੀ ਵੀ ਬਹੁਤ ਵਧੀਆ ਕਹਿੰਦੇ ਨੇ, ਉਹ ਤਾਂ ਕਹਿੰਦੇ ਨੇ ਵੀ ਬਜ਼ਾਰੇ ਵੇਚਣਾ ਵੀ ਬਹੁਤ ਵਧੀਆ, ਇਸ ਕਰਕੇ ਉਹ ਤਾਂ ਹਰੇਕ ਚੀਜ਼ ਹੀ ਵਧੀਆ ਕਹਿ ਕੇ ਲਿਆਉਂਦੇ ਨੇ। ਜੇ ਉਹ ਇਹਨੂੰ ਘਟੀਆ ਕਹਿ ਕੇ ਲਿਆਉਣਗੇ ਫਿਰ ਤਾਂ ਆਪ ਹੀ ਲੋਕਾਂ ਦੇ ਅੰਦਰ ਉਹਨਾਂ ਦਾ ਪਰਦਾ ਚਾਕ ਹੋਊਗਾ। ਇਸ ਕਰਕੇ ਉਹਨਾਂ ਦਾ ਇਹ ਕੰਮ ਹੈ, ਸਾਡਾ ਕੰਮ ਹੈ ਕਿ ਨੌਜਵਾਨਾਂ ਨੂੰ ਇਹ ਦੱਸਣਾ ਵੀ ਆਓ ਆਪਾਂ ਇਸ ਗੱਲ ਦੇ ਖਿਲਾਫ ਲੜੀਏ, ਇਹ ਨੁਕਸਾਨਦੇਹ ਹੈ। ਦੇਖੋ ਇਹ ਗੱਲ ਅਸੀਂ ਫਿਲਹਾਲ ਠੀਕ ਹੈ, ਇਹ ਗੱਲ ਲੰਬੇ ਦਾ ਤੋਂ ਜੇ ਐਂ ਦੇਖਣਾ ਹੋਵੇ ਤਾਂ, ਕਿਉਂਕਿ ਕੇਂਦਰ ਦੀ ਹਕੂਮਤ ਅਸੀਂ ਦੇਖ ਰਹੇ ਹਾਂ ਕਿ ਵੱਡੇ ਫਿਰਕੂ ਫਾਸ਼ੀ ਹੱਲੇ ਦੇ ਤਹਿਤ ਚੱਲ ਰਹੀ ਹੈ, ਹਿੰਦੂਤਵ ਨੂੰ ਜਿਹੜਾ ਹੈਗਾ ਉਹ ਮੁਲਕ ਦੇ ਅੰਦਰ ਪ੍ਰਚਾਰ ਪ੍ਰਸਾਰ ਰਹੀ ਹੈ, ਅਤੇ ਇਹਦੇ ਅੰਦਰ ਇਸ ਏਜੰਡੇ ਦੇ ਤਹਿਤ ਉਹ ਆਪਦੀਆਂ ਵੱਖ ਵੱਖ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਖੜੀਆਂ ਕਰਦੀ ਹੈ, ਵੱਖ ਵੱਖ ਪ੍ਰਾਈਵੇਟ ਫੋਰਸਸ ਖੜੀਆਂ ਕਰਦੀ ਹੈ, ਅਤੇ ਉਹ ਫੋਰਸਸ ਤੋਂ ਆਪਦੀ ਜਥੇ ਆਪਦੀ ਜਾਨੀ ਜਿਹੜੀ ਔਰਗੇਨਾਈਜੇਸ਼ਨ ਹੈ ਉਹਨਾਂ ਦੀ ਪਾਰਟੀ ਹੈ ਉਹਨੂੰ ਤਕੜਾ ਕਰਨ ਦਾ ਕੰਮ ਲੈਂਦੀ ਹੈ। ਉਹਨਾਂ ਦਾ ਜਾਨੀ ਜਿਹੜਾ ਕੌਮੀ ਜਨਰਲ ਸਕੱਤਰ ਹੈ ਵਿਜੇ ਵਰਗੀ ਆ, ਉਹਦਾ ਤਾਂ ਬਿਆਨ ਹੀ ਆ ਗਿਆ ਅਧਿਕਾਰਤ ਤੌਰ 'ਤੇ ਅਖਬਾਰ 'ਚ